ਪਰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਉਹ ਗਾਣਾ ਸੁਣਿਆ ਗੱਡੀ 'ਚ ਬੈਠ ਕੇ ਅਸੀਂ ਕਾਫੀ ਵਾਰੀ ਸੁਣਿਆ ਫਿਰ ਉਹ ਇੱਕ ਆਈਡੀਆ ਜਿਹਾ ਆਇਆ ਕਿ ਇੱਦਾਂ ਇੱਦਾਂ ਕਰਕੇ ਇੱਕ ਕਹਾਣੀ ਹੋਊਗੀ ਆ ਉਹਦੇ ਕਰੈਕਟਰਸ ਹੋਣਗੇ ਕਿ ਉਹ ਟਾਈਮ ਆਪਾਂ ਨੂੰ ਬੜਾ ਯਾਦ ਆਉਂਦਾ ਹੁੰਦਾ ਜਦੋਂ ਜਲੰਧਰ ਵਾਲਾ ਅਲੱਗ ਐਂਟੀਨਾ ਹੁੰਦਾ ਸੀ DD1 ਵਾਲਾ ਅਲੱਗ ਹੁੰਦਾ ਸੀ ਅਤੇ ਹਰ ਚੀਜ਼ ਜਿਹੜੀ ਹੈਗੀ ਉਸ ਸਮੇਂ ਦੀ ਆਪਾਂ ਲੈ ਕੇ ਆ ਰਹੇ ਹਾਂ ਸੋ ਕਿਤੇ ਨਾ ਕਿਤੇ ਐਂ ਲੱਗਦਾ ਕਿ ਅਸੀਂ ਇੱਕ ਗੋਲਡਨ ਪੀਰੀਅਡ ਸੀਗਾ ਉਸਨੂੰ ਅੱਜ ਅਸੀਂ ਭਾਵੇਂ ਅਸੀਂ ਤਰੱਕੀ ਕਰ ਗਏ ਪਰ ਅਸੀਂ ਸ਼ਾਇਦ ਗਵਾ ਲਿਆ ਕਿਤੇ ਅਗਰ ਕਿਸੇ ਕੋਲ ਅੱਛੀ ਕਹਾਣੀ ਹੈਗੀ ਆ ਕਹਿਣ ਨੂੰ ਅਤੇ ਉਹ ਕਹਾਣੀ ਕਿਸੇ ਦੀ ਲਾਈਫ ਦੇ 2 ਘੰਟੇ ਜਾਂ 2.25 ਘੰਟੇ ਵੇਸਟ ਨਹੀਂ ਕਰ ਰਹੀ ਤਾਂ ਉਹ ਡੈਫੀਨੇਟਲੀ ਕਹਿਣੀ ਚਾਹੀਦੀ ਸੋ ਸਾਰੀ ਕਹਾਣੀ ਕੀ TV ਦੇ ਉੱਪਰ ਘੁੰਮਦੀ ਹੈ ਜਾਂ ਫਿਰ ਕੁਛ ਉਸਦੇ ਨਾਲ ਫੈਮਿਲੀ ਡਰਾਮਾ ਹੈ ਐਲੀਮੈਂਟਸ ਕੀ ਨੇ ਪੂਰਾ ਫੁੱਲ ਪੈਕੇਜ ਹੈ ਜੀ ਕਾਮੇਡੀ ਆ ਇਮੋਸ਼ਨਸ ਹੈ ਐਂਡ ਲਵ ਸਟੋਰੀ ਆ ਉੱਪਰੋਂ ਟੈਲੀਵਿਜ਼ਨ ਦੀ ਇੱਕ ਆਪਣੀ ਕਹਾਣੀ ਆ ਫਿਲਮ ਦੇ ਵਿੱਚ ਗੁਆਂਢ ਦੇ ਵਿੱਚ ਕੋਈ ਲੈ ਕੇ ਆਇਆ ਕਲਰ ਜਦੋਂ ਕਲਰ ਦੇਖਿਆ ਤਾਂ ਉਹ ਤਾਂ ਜਾਦੂ ਹੀ ਲੱਗਿਆ ਵੀ ਵਾਓ ਵੀ ਇਹ ਕਿਆ ਚੀਜ਼ ਆ ਹੈ ਨਾ ਕਮਾਲ ਹੀ ਹੋ ਗਈ ਰੰਗ ਆਉਂਦੇ ਇਹਦੇ 'ਚ ਫਿਰ ਉਦੋਂ ਬੈਠ ਕੇ ਦੇਖਣਾ ਉੱਥੇ ਜਦੋਂ ਬੈਠ ਕੇ ਦੇਖਣਾ ਤਾਂ ਫਿਰ ਲਾਈਟ ਚਲੀ ਜਾਣੀ ਫਿਰ ਉਹ ਲਾਈਟ ਦੇ ਵਿੱਚ ਜਿਹੜੀਆਂ ਹੈਗੀਆਂ ਗੱਲਾਂ ਹੋਣੀਆਂ ਹੈ ਨਾ ਕੁਛ ਗੱਲਾਂ ਇਹੋ ਜਿਹੀਆਂ ਵੀ ਹੋਣੀਆਂ ਜਿਹੜੀਆਂ ਘਰ ਦੇ ਕਰਦੇ ਤਾਂ ਉਹਨਾਂ 'ਚੋਂ ਬਚੋ ਸੋ ਇੱਕ ਬੜਾ ਚੈਲੰਜ ਹੁੰਦਾ ਰਾਈਟਰ ਲਈ ਸੋ ਉਸ ਚੈਲੰਜ ਨੂੰ ਕਿਵੇਂ ਐਕਸੈਪਟ ਕਰਕੇ ਰਾਈਟਿੰਗ ਕਰਦੇ ਹੋ ਔਰ ਫਿਲਮ ਨੂੰ ਕਿਵੇਂ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਟੈਲੀਵਿਜ਼ਨ ਕਿਵੇਂ ਵੱਖਰੀ ਹੋਣਾ ਸਤਿ ਸ਼੍ਰੀ ਅਕਾਲ ਜੀ ਹਮਦਰਦ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਸ਼ੇਖਰ ਰਾਏ ਸੋ ਅੱਜ ਤੁਹਾਨੂੰ ਇੱਕ ਫਿਲਮ ਬਾਰੇ ਦੱਸਣ ਚੱਲੇ ਜਿਹਦਾ ਬਹੁਤ ਹੀ ਇੰਟਰਸਟਿੰਗ ਜਿਹਾ ਨੇਮ ਹੈ ਟੈਲੀਵਿਜ਼ਨ ਹੁਣ ਟੈਲੀਵਿਜ਼ਨ ਤੋਂ ਤੁਹਾਨੂੰ ਉਹ ਟਾਈਮ ਯਾਦ ਆ ਜਾਂਦਾ ਹੋਣਾ ਜਦੋਂ ਸ਼ਟਰ ਵਾਲੇ TV ਹੋਇਆ ਕਰਦੇ ਸੀਗੇ ਐਂਟੀਨਾ ਸੈੱਟ ਹੋਇਆ ਕਰਦਾ ਸੀ ਉਹ ਇੱਕ ਟਾਈਮ ਸੀਗਾ 80s 90s ਦਾ ਉਹ ਟਾਈਮ ਸੀ ਜਿਹੜਾ ਕਿ ਅਸੀਂ ਇੰਨਾ ਜ਼ਿਆਦਾ ਇੰਜੋਏ ਕੀਤਾ ਅੱਜ ਭਾਵੇਂ ਵੱਡੇ ਵੱਡੇ LCD ਲੱਗੇ ਹੋਏ ਨੇ ਬਟ ਫਿਰ ਵੀ ਸ਼ਾਇਦ ਉਹ ਵਾਲਾ ਫੀਲ ਜਿਹੜਾ ਉਹਦੇ ਵਿੱਚ ਨਹੀਂ ਆਉਂਦਾ ਜੋ ਉਸ ਸਮੇਂ ਹੋਇਆ ਕਰਦਾ ਸੀ ਔਰ ਪੰਜਾਬੀ ਸਿਨੇਮਾ ਦੀ ਇਹ ਖਾਸੀਅਤ ਹੈ ਕਿ ਜਿਹੜੇ ਸਮੇਂ ਅਸੀਂ ਚਾਹੇ ਜੀ ਰਹੇ ਹਾਂ ਚਾਹੇ ਅਸੀਂ ਜੀ ਚੁੱਕੇ ਹਾਂ ਜੋ ਅਸੀਂ ਸਾਡੇ ਕੋਲੋਂ ਨਿਕਲ ਚੁੱਕੇ ਹਾਂ ਉਹਨਾਂ ਦੇ ਉੱਤੇ ਵੀ ਪੀਰੀਅਡ ਡਰਾਮਾ ਫਿਲਮਸ ਜਿਹੜੀਆਂ ਬਣਦੀਆਂ ਰਹਿੰਦੀਆਂ ਨੇ ਇੱਦਾਂ ਦੀ ਹੀ ਫਿਲਮ ਜਿਹੜੀ ਹੈ 1 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਟੈਲੀਵਿਜ਼ਨ ਔਰ ਇਹ ਪੀਰੀਅਡ ਡਰਾਮਾ ਕਾਮੇਡੀ ਜੋਨਰ ਫਿਲਮ ਹੈ ਜਿਸ ਨੂੰ ਦੇਖ ਕੇ ਤੁਸੀਂ ਬਹੁਤ ਇੰਜੋਏ ਕਰਨ ਵਾਲੇ ਔਰ ਕਿਤੇ ਨਾ ਕਿਤੇ ਅਗਰ ਤੁਸੀਂ ਉਸ ਸਮੇਂ ਦੇ ਨਾਲ ਜੁੜੇ ਹੋ ਤਾਂ ਉਸ ਸਮੇਂ ਦੇ ਨਾਲ ਇੱਕ ਵਾਰੀ ਕਨੈਕਟ ਕਰਨ ਦਾ ਤੁਹਾਨੂੰ ਮੌਕਾ ਮਿਲਣ ਵਾਲਾ ਹੈ ਸੋ ਮੈਂ ਕਹਾਂਗਾ ਕਿ ਟੈਲੀਵਿਜ਼ਨ ਜਿਹੜੀ ਫਿਲਮ ਹੈ ਉਹ ਕਿਸੇ ਟਾਈਮ ਮਸ਼ੀਨ ਤੋਂ ਘੱਟ ਨਹੀਂ ਹੈ ਔਰ ਇਹ ਜਿਹੜੀ ਕਹਾਣੀ ਹੈ ਜਿਨ੍ਹਾਂ ਨੇ ਕਹਾਣੀ ਲਿਖੀ ਹੈ ਉਹ ਅੱਜ ਮੇਰੇ ਨਾਲ ਬੈਠੇ ਨੇ ਮਨੀ ਮਨਜਿੰਦਰ ਸਿੰਘ ਭਾਅ ਜੀ ਬੈਠੇ ਨੇ ਭਾਅ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਵੈਲਕਮ ਪਹਿਲੀ ਗੱਲ ਤਾਂ ਤੁਹਾਨੂੰ ਥੈਂਕ ਯੂ ਕਹਿਣਾ ਚਾਹਾਂਗਾ ਮੈਂ ਕਿ ਇੱਕ ਇੱਦਾਂ ਦੀ ਫਿਲਮ ਕਿਉਂਕਿ ਮੈਂ ਪਰਸਨਲੀ ਇਹ ਕਨੈਕਟਡ ਫੀਲ ਕਰਦਾ ਕਿ ਉਹ ਟਾਈਮ ਆਪਾਂ ਨੂੰ ਬੜਾ ਯਾਦ ਆਉਂਦਾ ਹੁੰਦਾ ਜਦੋਂ ਜਲੰਧਰ ਵਾਲਾ ਅਲੱਗ ਐਂਟੀਨਾ ਹੁੰਦਾ ਸੀ DD1 ਵਾਲਾ ਅਲੱਗ ਹੁੰਦਾ ਸੀ ਹੈ ਨਾ ਸੋ ਉਹ ਟਾਈਮ ਬੜੇ ਲੋਕਾਂ ਨੇ ਜਿਹੜਾ ਇੰਜੋਏ ਕੀਤਾ ਔਰ ਮੇਰੇ ਖਿਆਲ ਨਾਲ ਜਿਹੜੀ 90s ਦੀ ਜਨਰੇਸ਼ਨ ਹੈਗੀ ਹੈ ਉਹਨਾਂ ਨੇ ਜੋ ਕੁਛ ਆਪਣੀ ਲਾਈਫ 'ਚ ਦੇਖਿਆ ਔਰ ਜਿੰਨੇ ਚੇਂਜਸ ਦੇਖੇ ਨੇ ਉਹ ਸ਼ਾਇਦ ਅਗਲੀ ਜਨਰੇਸ਼ਨ ਨਹੀਂ ਦੇਖੇਗੀ ਸੋ ਤੁਸੀਂ ਐਜ਼ ਅ ਰਾਈਟਰ ਜਦੋਂ ਇਹ ਕਹਾਣੀ ਲਿਖ ਰਹੇ ਸੀ ਸੋ ਕੀ ਤੁਸੀਂ ਫੀਲ ਕੀਤਾ ਕੀ ਤੁਸੀਂ ਯਾਦ ਕੀਤਾ ਉਸ ਸਮੇਂ ਦਾ ਸੋ ਉੱਥੋਂ ਸ਼ੁਰੂਆਤ ਕਰਾਂਗੇ ਅਤੇ ਕੌਨਸੈਪਟ ਕਿਵੇਂ ਆਇਆ ਮਾਈਂਡ 'ਚ ਕੌਨਸੈਪਟ ਮੈਂ ਜਿਹੜਾ ਹੈਗਾ ਆਪਾਂ ਗੱਲ ਕਰ ਰਹੇ ਸੀ ਆਫ ਦਾ ਕੈਮਰਾ ਕਿ ਸਾਡੇ ਨਾ ਡਾਇਰੈਕਟਰ ਨੇ ਤਾਜ ਇਹਨਾਂ ਕੋਲ ਇਹ ਟਾਈਟਲ ਸੀਗਾ ਟੈਲੀਵਿਜ਼ਨ ਇਹਨਾਂ ਨੇ ਫਿਰ ਜਦੋਂ ਅਸੀਂ ਫਿਲਮ ਕਰ ਹੀ ਰਹੇ ਕੁਛ ਨਾ ਕੁਛ ਪਲਾਨ ਕਰ ਰਹੇ ਸੀ ਫਿਲਮ ਕਰਨ ਦਾ ਫਿਰ ਸਾਡੀ ਗੱਲਬਾਤ ਹੋਈ ਕਿ ਇਸ ਟਾਈਟਲ 'ਤੇ ਕਰਦੇ ਹਾਂ ਦੈਨ ਮੁਹੰਮਦ ਸਦੀਕ ਸਾਹਿਬ ਦਾ ਗਾਣਾ ਬਹੁਤ ਵਧੀਆ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਉਹ ਗਾਣਾ ਸੁਣਿਆ ਗੱਡੀ 'ਚ ਬੈਠ ਕੇ ਅਸੀਂ ਕਾਫੀ ਵਾਰੀ ਸੁਣਿਆ ਫਿਰ ਇੱਕ ਆਈਡੀਆ ਜਿਹਾ ਆਇਆ ਕਿ ਇੱਦਾਂ ਇੱਦਾਂ ਕਰਕੇ ਇੱਕ ਕਹਾਣੀ ਹੋਊਗੀ ਆ ਉਹਦੇ ਕਰੈਕਟਰਸ ਹੋਣਗੇ ਉਹ ਜਦੋਂ ਅੱਗੇ ਸ਼ੇਅਰ ਕੀਤੇ ਤਾਂ ਅਪਰੂਵ ਹੋਏ ਉਹ ਵਧੀਆ ਲੱਗੇ ਸਾਰਿਆਂ ਨੂੰ ਕਿਆ ਬਾਤ ਹੈ ਅੱਛਾ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਅਸੀਂ ਬਹੁਤ ਸਾਰੀਆਂ ਪੀਰੀਅਡ ਡਰਾਮਾ ਫਿਲਮਸ ਦੇਖ ਲਈਆਂ ਇੱਥੇ ਰੇਡੂਆ ਫਿਲਮ ਵੀ ਆ ਗਈ ਹਾਲਾਂਕਿ ਉਹ ਥੋੜ੍ਹੀ ਸਾਇੰਸ ਫਿਕਸ਼ਨ ਸੀਗੀ ਇੱਥੇ ਬਲਬ ਦੇ ਉੱਤੇ ਵੀ ਸਟੋਰੀ ਆ ਗਈ ਹੈ ਨਾ ਹੁਣ ਆਪਾਂ ਕੁਛ ਨਹੀਂ ਛੱਡ ਰਹੇ ਹੈਗੇ ਅਤੇ ਹਰ ਚੀਜ਼ ਜਿਹੜੀ ਹੈਗੀ ਉਸ ਸਮੇਂ ਦੀ ਆਪਾਂ ਲੈ ਕੇ ਆ ਰਹੇ ਹਾਂ ਸੋ ਕਿਤੇ ਨਾ ਕਿਤੇ ਐਂ ਲੱਗਦਾ ਕਿ ਅਸੀਂ ਇੱਕ ਗੋਲਡਨ ਪੀਰੀਅਡ ਸੀਗਾ ਉਸਨੂੰ ਅੱਜ ਅਸੀਂ ਭਾਵੇਂ ਅਸੀਂ ਤਰੱਕੀ ਕਰ ਗਏ ਪਰ ਅਸੀਂ ਸ਼ਾਇਦ ਗਵਾ ਲਿਆ ਕਿਤੇ ਦੇਖੋ ਜੋ ਬੀਤ ਗਿਆ ਉਹ ਹਮੇਸ਼ਾ ਗੋਲਡਨ ਹੀ ਲੱਗਦਾ ਹੁੰਦਾ ਅਤੇ ਬਟ ਉਦੋਂ ਵੀ ਤਰੱਕੀ ਕਰ ਰਹੇ ਸੀ ਜਿਹੜੇ ਲੋਕ ਟੈਲੀਵਿਜ਼ਨ ਦੇਖ ਰਹੇ ਸੀ ਫਸਟ ਟਾਈਮ ਇੰਟਰੋਡਿਊਸ ਹੋ ਰਹੇ ਸੀ ਇਸ ਚੀਜ਼ ਦੇ ਨਾਲ ਅਤੇ ਪਰ ਇਹ ਵੀ ਦੇਖੋ ਖੂਬਸੂਰਤੀ ਆ ਕਿ ਪਹਿਲੀ ਗੱਲ ਤਾਂ ਕਿ ਫਿਲਮਾਂ ਬਣ ਰਹੀਆਂ ਨੇ ਪੰਜਾਬੀ ਦੇ ਵਿੱਚ ਬਣ ਰਹੀਆਂ ਨੇ ਪੰਜਾਬੀ ਲੈਂਗੁਏਜ ਦੀਆਂ ਫਿਲਮਾਂ ਬਣ ਰਹੀਆਂ ਨੇ ਅਤੇ ਇਹ ਠੀਕ ਹੈ ਕਿ ਅਲੱਗ ਅਲੱਗ ਚੀਜ਼ਾਂ ਨੂੰ ਐਕਸਪਲੋਰ ਕਰਨਾ ਚਾਹੀਦਾ ਕਿ ਅਗਰ ਕੋਈ ਰੇਡੀਓ ਨੂੰ ਕਰਨਾ ਚਾਹੁੰਦਾ ਅਗਰ ਉਹਦੀ ਕਿਸੇ ਦੀ ਯਾਦ ਰੇਡੂਆ ਦੇ ਨਾਲ ਜੁੜੀ ਆ ਅਤੇ ਜਾਂ ਬੱਲਬ ਦੇ ਨਾਲ ਜਿਵੇਂ ਤੁਸੀਂ ਕਿਹਾ ਜੁੜੀ ਆ ਹੁਣ ਜਿੱਦਾਂ ਮੇਰੀਆਂ ਅਤੇ ਸਾਡੇ ਡਾਇਰੈਕਟਰ ਦੀਆਂ ਸਾਡੀਆਂ ਟੈਲੀਵਿਜ਼ਨ ਦੇ ਨਾਲ ਬਹੁਤ ਜੁੜੀਆਂ ਹੋਈਆਂ ਸੀਗੀਆਂ ਸੋ ਠੀਕ ਹੈ ਵਧੀਆ ਅਗਰ ਕਿਸੇ ਕੋਲ ਅੱਛੀ ਕਹਾਣੀ ਹੈਗੀ ਆ ਕਹਿਣ ਨੂੰ
ਅਤੇ ਉਹ ਕਹਾਣੀ ਕਿਸੇ ਦੀ ਲਾਈਫ ਦੇ 2 ਘੰਟੇ ਜਾਂ 2.25 ਘੰਟੇ ਵੇਸਟ ਨਹੀਂ ਕਰ ਰਹੀ ਤਾਂ ਉਹ ਡੈਫੀਨੇਟਲੀ ਕਹਿਣੀ ਚਾਹੀਦੀ ਹੈ। ਔਰ ਮੇਰੇ ਖਿਆਲ ਨਾਲ ਚੰਗੀ ਗੱਲ ਇਹ ਵੀ ਹੈਗੀ ਹੈ ਪੰਜਾਬੀ ਸਿਨੇਮਾ ਦੀ ਕਿਉਂਕਿ ਉਹ ਜਿਹੜਾ ਦੌਰ ਸੀਗਾ ਨਾ ਉਦੋਂ ਇੱਦਾਂ ਨਹੀਂ ਹੋਇਆ ਕਰਦਾ ਸੀ ਕਿ ਹਰ ਚੀਜ਼ ਫਿਲਮਾਈ ਗਈ ਹੈ, ਹਰ ਚੀਜ਼ ਦੇ ਤੁਹਾਡੇ ਕੋਲ ਰੈਕਰਡਸ ਨੇ। ਸੋ ਪੰਜਾਬੀ ਸਿਨੇਮਾ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨੂੰ ਕੈਮਰੇ ਦੇ ਵਿੱਚ ਕੈਦ ਕਰ ਰਿਹਾ ਔਰ ਸਾਡੇ ਲਈ ਲਾਈਫ ਟਾਈਮ ਅਵੇਲੇਬਲ ਰਹਿਣਗੀਆਂ, ਅਸੀਂ ਕਦੀ ਵੀ ਦੇਖ ਸਕਦੇ ਹਾਂ ਕਿ ਉਹ ਸੁਨਹਿਰੀ ਜਿਹੜਾ ਸਮਾਂ ਸੀਗਾ ਉਹ ਕਿਵੇਂ ਦਾ ਸੀਗਾ। ਸੋ ਬਹੁਤ ਅੱਛੀ ਗੱਲ ਹੈ। ਔਰ ਅੱਛਾ, ਅਗਰ ਫਿਲਮ ਦੀ ਗੱਲ ਕਰੀਏ, ਸੋ ਜਦੋਂ ਕੋਨਸੈਪਟ ਬਣ ਗਿਆ, ਤੁਸੀਂ ਕਿਹਾ ਸਟੋਰੀ ਅਪਰੂਵ ਹੋ ਗਈ, ਸਭ ਕੁਛ ਹੋ ਗਿਆ, ਸੋ ਕਾਸਟਿੰਗ ਕਿਵੇਂ ਹੋਈ ਜਾਂ ਫਿਰ ਅਸੀਂ ਇਹ ਕਹਿ ਲਈਏ ਕਿ ਫਿਲਮ ਦੇ ਵਿੱਚ ਬਹੁਤ ਸਾਰੇ ਐਲੀਮੈਂਟਸ ਹੁੰਦੇ ਨੇ, ਜਿਵੇਂ ਟੈਲੀਵਿਜ਼ਨ ਦੀ ਆਪਾਂ ਗੱਲ ਕਰ ਰਹੇ, ਇੱਥੇ ਦੇਖ ਰਹੇ ਆਪਾਂ ਕੁਲਵਿੰਦਰ ਬਿੱਲਾ ਭਾਜੀ ਟੀ ਵੀ ਚੱਕੀ ਖੜ੍ਹੇ ਨੇ, ਹੈ ਨਾ। ਸੋ ਸਾਰੀ ਕਹਾਣੀ ਕੀ ਟੀ ਵੀ ਦੇ ਉੱਪਰ ਘੁੰਮਦੀ ਹੈ ਜਾਂ ਫਿਰ ਕੁਛ ਉਸਦੇ ਨਾਲ ਫੈਮਿਲੀ ਡਰਾਮਾ ਹੈ, ਐਲੀਮੈਂਟਸ ਕੀ ਨੇ? ਪੂਰਾ ਫੁੱਲ ਪੈਕੇਜ ਹੈ ਜੀ, ਕੋਮੇਡੀ ਆ, ਇਮੋਸ਼ਨਸ ਹੈ ਐਂਡ ਲਵ ਸਟੋਰੀ ਆ, ਉੱਪਰੋਂ ਟੈਲੀਵਿਜ਼ਨ ਦੀ ਇੱਕ ਆਪਣੀ ਕਹਾਣੀ ਆ ਫਿਲਮ ਦੇ ਵਿੱਚ। ਬਟ ਇਹ ਹੈ ਕਿ ਸੈਂਟਰ ਪੁਆਇੰਟ ਟੈਲੀਵਿਜ਼ਨ ਆ, ਟੈਲੀਵਿਜ਼ਨ ਦੇ ਆਲੇ ਦੁਆਲੇ ਹਰ ਤਰ੍ਹਾਂ ਦਾ ਇਮੋਸ਼ਨ ਆ, ਜੋ ਵੀ ਇੱਕ ਬੇਸਿਕ ਹਿਊਮਨ ਇਮੋਸ਼ਨ ਹੁੰਦਾ ਕਿ ਉਹ ਆਪਣੇ ਪਿੰਡਾਂ ਵਾਲੇ ਲੋਕ ਦੇਖੋ ਤੁਸੀਂ ਬੜੇ, ਆਪਾਂ ਵੈਸੇ ਤਾਂ ਚਲੋ ਸਾਰੇ ਪੰਜਾਬੀ ਜਿਹੜੇ ਹੈਗੇ ਬੜੇ ਇਨੋਸੈਂਟ ਜਿਹੇ ਲੋਕ ਹੁੰਦੇ ਆ, ਭੋਲੇ ਜਿਹੇ ਲੋਕ ਹੁੰਦੇ ਆ, ਅਤੇ ਉਹ ਮੈਂ ਵੀ ਵਿੱਚ ਹੀ ਆ ਰਿਹਾ। ਨਹੀਂ, ਜਿੰਨੇ ਵੀ ਪੰਜਾਬੀ ਆ ਇੱਥੇ ਆ ਬਾਹਰ ਆ, ਉਹ ਜਿੰਨਾ ਮਰਜ਼ੀ ਉਹ ਕਰ ਲੈਣ, ਬਟ ਉਹ ਅੰਦਰੋਂ ਦਿਲੋਂ ਸਾਰੇ ਭੋਲੇ ਆ। ਅਤੇ ਜਦੋਂ ਕੋਈ ਚੀਜ਼ ਨਵੀਂ ਆਉਂਦੀ ਹੈ ਤਾਂ ਉਹਦੇ ਲਈ ਉਹਨਾਂ ਨੇ ਕੀ ਰਿਐਕਟ ਕਰਨਾ, ਕੀ ਉਹ ਸਾਰੇ ਚੀਜ਼ਾਂ ਦੀ ਇਹ ਕਹਾਣੀ ਆ। ਅਤੇ ਜਦੋਂ ਟੈਲੀਵਿਜ਼ਨ ਆਇਆ, ਵੈਸਟਰਨ ਤੋਂ ਇੱਕ ਚੀਜ਼ ਆਈ, ਟੈਕਨੋਲੋਜੀ ਆਈ ਐਂਡ ਆਪਣੇ ਲੋਕਾਂ ਨੇ ਜਦੋਂ ਉਹ ਚੀਜ਼ ਦੇਖੀ, ਫਿਰ ਉਹ ਉਹਨਾਂ ਨੂੰ ਹੁਣ ਕੀ ਉਹਨਾਂ ਦਾ ਇਮੋਸ਼ਨ ਨਿਕਲਿਆ ਉਸ ਚੀਜ਼ ਦੇ ਵਿੱਚ, ਹੁਣ ਉਹ ਇਮੋਸ਼ਨ ਲੜਾਈ ਦਾ ਵੀ ਸੀ, ਉਹ ਪ੍ਰੋਬਲਮ ਦਾ ਵੀ ਸੀ, ਉਹ ਲਵ ਸਟੋਰੀ ਦਾ ਵੀ ਸੀ, ਉਹ ਘਰਾਂ ਦੀਆਂ ਜਿਹੜੀਆਂ ਹੈਗੀਆਂ ਸਮੱਸਿਆਵਾਂ ਦਾ ਵੀ ਸੀ। ਹੌਲੀ ਹੌਲੀ ਜਿਹੜੀ ਚੀਜ਼ ਪਹਿਲਾਂ ਬੜੀ ਸੋਹਣੀ ਲੱਗ ਰਹੀ ਸੀ ਉਹ ਹੌਲੀ ਹੌਲੀ ਤੰਗ ਵੀ ਕਰਨ ਲੱਗ ਗਈ ਸੀ ਲੋਕਾਂ ਨੂੰ। ਸੋ ਉਹ ਸਾਰੀਆਂ ਚੀਜ਼ਾਂ ਹੈਗੀਆਂ ਫਿਲਮ 'ਚ, ਪੂਰਾ ਪੈਕੇਜ ਆ ਫਿਲਮ। ਅੱਛਾ, ਮੈਨੂੰ ਇੰਨੀ ਕੁ ਗੱਲ 'ਤੇ ਯਾਦ ਆਉਂਦੀ ਹੈ ਕਿ ਪਹਿਲਾਂ ਕੀ ਹੁੰਦਾ ਕਰਦਾ ਸੀ ਨਾ, ਵੀ ਜਦੋਂ ਹੁਣ ਟੈਲੀਵਿਜ਼ਨ ਆ ਗਿਆ ਸੀ ਤਾਂ ਹਰ ਇੱਕ ਦੇ ਘਰ 'ਚ ਨਹੀਂ ਹੋਇਆ ਕਰਦਾ ਸੀ। ਫਿਰ ਜਿਵੇਂ ਹੁੰਦਾ ਸੀ ਵੀ VCR ਦਾ ਜਦੋਂ ਟਾਈਮ ਆ ਗਿਆ ਤਾਂ ਕਈ ਵਾਰੀ ਕਲਰ TV ਲਿਆਂਦਾ ਜਾਂਦਾ ਸੀ ਕਿਰਾਏ ਦੇ ਉੱਤੇ, ਸਕੂਟਰ ਦੇ ਉੱਤੇ ਆਉਂਦੇ ਸੀਗੇ, ਫਿਰ ਨਾਲ ਟੈਚੀ ਦੇ ਵਿੱਚ VCR ਵੀ ਹੁੰਦਾ ਸੀਗਾ ਅਤੇ ਉਹ ਫਿਰ ਲੱਗ ਜਾਂਦਾ ਸੀ ਇੱਕ ਥਾਂ ਦੇ ਉੱਤੇ ਅਤੇ ਉੱਥੇ ਸਾਹਮਣੇ ਮੰਜੇ ਲੱਗ ਜਾਂਦੇ ਸੀ, ਸਾਰੇ ਜਣੇ ਇਕੱਠੇ ਹੋ ਜਾਂਦੇ ਸੀ ਵੀ ਅੱਜ ਫਿਲਮਾਂ ਚੱਲਣੀਆਂ ਲਗਾਤਾਰ, ਅਤੇ ਉਹ ਟਾਈਮ ਹੁੰਦਾ ਸੀ। ਬਟ ਉਹਦੇ ਵਿੱਚ ਕੀ ਹੈ ਨਾ, ਜਿਹੜੀ ਘਰ ਦੀਆਂ ਫੀਮੇਲਸ ਹੁੰਦੀਆਂ ਸੀਗੀਆਂ ਉਹਨਾਂ ਨੇ ਰੋਟੀ ਪਾਣੀ ਦਾ ਵੀ ਨਿਬੇੜਨਾ ਸਭ ਕੁਛ, ਤਾਂ ਸਾਰੇ ਬਾਕੀ ਇਕੱਠੇ ਹੋ ਜਾਂਦੇ ਸੀ, ਫੀਮੇਲਸ ਨੂੰ ਆਉਣ ਨੂੰ ਟਾਈਮ ਲੱਗ ਜਾਂਦਾ ਸੀ। ਸੋ ਇਹ ਵੀ ਇੱਕ ਕਲੇਸ਼ ਜਿਹਾ ਇਕੱਠਾ ਕਰ ਦਿੰਦੇ ਸੀ, ਕਈ ਵਾਰੀ ਉਹ ਪ੍ਰੋਬਲਮ ਹੋ ਜਾਂਦੀ ਸੀਗੀ। ਸੋ ਇਹ ਤਾਂ ਚੀਜ਼ਾਂ ਮੈਂ ਦੇਖੀਆਂ ਨੇ, ਤੁਹਾਡੀਆਂ ਵੀ ਕੁਛ ਯਾਦਾਂ ਹੋਣਗੀਆਂ ਉਸ ਸਮੇਂ ਨੂੰ ਲੈ ਕੇ ਜੋ ਤੁਸੀਂ ਸ਼ਾਇਦ ਫਿਲਮ ਦੇ ਵਿੱਚ ਵੀ ਪਾਉਣ ਦੀ ਕੋਸ਼ਿਸ਼ ਕੀਤੀ ਹੋਏਗੀ। ਮੈਂ ਸੀਨ ਤਾਂ ਨਹੀਂ ਪੁੱਛਾਂਗਾ ਫਿਲਮ ਦੇ, ਆਫਕੋਰਸ ਲੋਕ ਦੇਖਣ ਜਾਣਗੇ 1 ਜੁਲਾਈ ਨੂੰ। ਸੋ ਕਿਹੜੀਆਂ ਤੁਹਾਡੀਆਂ ਆਪਣੀਆਂ ਯਾਦਾਂ ਜਿਹੜੀਆਂ ਇਸ ਚੀਜ਼ ਨਾਲ ਜੁੜੀਆਂ ਹੋਈਆਂ? ਮੇਰੀਆਂ ਆਪਦੀਆਂ ਹੈਗੀਆਂ, ਜਿੱਦਾਂ ਕਿਸੇ ਦੇ ਘਰ ਬੈਠ ਕੇ ਟੈਲੀਵਿਜ਼ਨ ਦੇਖਣਾ, ਸਾਡੇ ਘਰ ਟੈਲੀਵਿਜ਼ਨ ਸੀਗਾ ਬਟ ਉਹ ਬਲੈਕ ਐਂਡ ਵਾਈਟ ਸੀ, ਅਤੇ ਗੁਆਂਢ ਦੇ ਵਿੱਚ ਕੋਈ ਲੈ ਕੇ ਆਇਆ ਕਲਰ, ਜਦੋਂ ਕਲਰ ਦੇਖਿਆ ਅਤੇ ਉਹ ਤਾਂ ਜਾਦੂ ਹੀ ਲੱਗਿਆ ਵੀ ਵਾਓ ਵੀ ਇਹ ਕਿਆ ਚੀਜ਼ ਆ, ਹੈ ਨਾ, ਕਮਾਲ ਹੀ ਹੋ ਗਈ, ਰੰਗ ਆਉਂਦੇ ਇਹਦੇ 'ਚ। ਫਿਰ ਉਦੋਂ ਬੈਠ ਕੇ ਦੇਖਣਾ ਉੱਥੇ, ਜਦੋਂ ਬੈਠ ਕੇ ਦੇਖਣਾ ਤਾਂ ਫਿਰ ਲਾਈਟ ਚਲੀ ਜਾਣੀ, ਫਿਰ ਉਹ ਲਾਈਟ ਦੇ ਵਿੱਚ ਜਿਹੜੀਆਂ ਹੈਗੀਆਂ ਗੱਲਾਂ ਹੋਣੀਆਂ, ਹੈ ਨਾ, ਕੁਛ ਗੱਲਾਂ ਇਹੋ ਜਿਹੀਆਂ ਵੀ ਹੋਣੀਆਂ ਵੀ ਜਿਹੜੀਆਂ ਘਰ ਦੇ ਕਰ ਰਹੇ ਅਤੇ ਉਹਨਾਂ 'ਚੋਂ ਬਚੋ, ਸਕੂਲ ਦੀਆਂ ਗੱਲਾਂ, ਪੜ੍ਹਾਈ ਦੀਆਂ ਗੱਲਾਂ, ਹੈ ਨਾ, ਉਹ ਫਿਰ ਛੇਤੀ ਛੇਤੀ, ਹੈ ਨਾ, TV ਚੱਲ ਪਏ, ਲਾਈਟ ਆ ਜੇ, ਹੈ ਨਾ, ਅਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਸ਼ਕਤੀਮਾਨ ਦੇਖਣ ਲਈ ਸਕੂਲੋਂ ਭੱਜਣਾ ਉਹ ਸਭ ਤੋਂ ਵੱਡਾ ਟਾਸਕ ਹੁੰਦਾ ਸੀਗਾ। 12 ਵਜੇ ਸ਼ਕਤੀਮਾਨ ਆਉਣਾ, 11:30 ਵਜੇ ਭੱਜਣ ਦਾ ਪਲੈਨ ਹੋਣਾ, ਅਤੇ ਸਕੂਲ ਵਾਲਿਆਂ ਨੇ ਛੁੱਟੀ ਕਰਨੀ 12:30 ਵਜੇ, ਉਹ ਨਾ ਤਾਂ ਹੁਣ 12:30 ਵਜੇ ਛੁੱਟੀ ਕਰਦੇ ਸੀ, ਅੱਧਾ ਲੰਘ ਜਾਂਦਾ ਸੀ, ਅੱਧਾ ਪਹੁੰਚਦੇ ਪਹੁੰਚਦੇ ਲੰਘ ਜਾਂਦਾ ਸੀ, ਫਿਰ ਉੱਥੋਂ ਭੱਜਣਾ, ਉਹ ਦੇਖਣਾ। ਫਿਰ ਵੀਰਵਾਰ ਨੂੰ ਸ਼ਾਮ ਨੂੰ ਫਿਲਮ ਆਉਂਦੀ ਹੁੰਦੀ ਸੀ ਪੰਜਾਬੀ, ਕਦੇ ਬਦਲਾ ਜੱਟੀ ਦਾ ਆ ਰਹੀ ਆ, ਕਦੇ ਬਗਾ ਪ੍ਰਤਿਗਿਆ ਆ ਰਹੀ ਆ ਗੁਰਦਾਸ ਮਾਨ ਸਾਹਿਬ ਦੀ, ਉਹ ਦੇਖਣੀ। ਹਰ ਫਰਾਈਡੇ ਜਿਹੜੀ ਹੈਗੀ ਨੈਸ਼ਨਲ DD National 'ਤੇ ਆਉਂਦੀ, ਹਿੰਦੀ ਫਿਲਮ ਆਉਂਦੀ ਹੁੰਦੀ ਸੀ, ਉਦੋਂ ਚੋਇਸ ਨਹੀਂ ਹੁੰਦੀ ਸੀ, ਉਦੋਂ ਜੋ ਦਿਖਾ ਰਹੇ ਸੀ ਉਹੀ ਵਧੀਆ ਹੁੰਦਾ ਸੀ। ਹੁਣ ਤਾਂ ਇੰਨੀ ਚੋਇਸ ਹੋ ਗਈ ਆ ਕਿ ਬੰਦੇ ਨੂੰ ਮੇਰੇ ਸਾਹ ਨਾਲ ਇੱਕ ਫਿਲਮ ਦੇਖਣ ਜਿੰਨਾ ਟਾਈਮ ਇਹੀ ਡਿਸਾਈਡ ਕਰਨ 'ਚ ਲੱਗ ਜਾਂਦਾ ਕਿ ਦੇਖਣੀ ਕਿਹੜੀ ਆ, ਦੇਖਣੀ ਕਿਹੜੀ। ਬਿਲਕੁਲ। ਔਰ ਉਹ ਜਿਹੜੀ ਚੀਜ਼ਾਂ ਤੁਸੀਂ ਦੱਸੀਆਂ ਨਾ, ਉਹ ਮੈਂ ਤੁਸੀਂ ਦੱਸ ਰਹੇ ਸੀਗੇ, ਸੋ ਮੈਂ ਵੀ ਮੈਮੋਰਾਈਜ਼ ਕਰ ਪਾ ਰਿਹਾ ਸੀ ਵੀ ਉਹ ਐਕਸਾਈਟਮੈਂਟ ਕੀ ਹੁੰਦੀ ਸੀਗੀ। ਔਰ ਬਾਅਦ 'ਚ ਤਾਂ ਸ਼ਕਤੀਮਾਨ ਦੇ ਵਿੱਚ ਸੌਰੀ ਸ਼ਕਤੀਮਾਨ ਵੀ ਸ਼ੁਰੂ ਹੋ ਗਿਆ ਸੀ, ਕਿਉਂਕਿ ਪਤਾ ਲੱਗ ਗਿਆ ਸੀ ਬੱਚੇ ਸਕੂਲੋਂ ਵੀ ਭੱਜ ਰਹੇ ਨੇ, ਪੁੱਠੇ ਸਿੱਧੇ ਕੰਮ ਵੀ ਕਰ ਰਹੇ ਨੇ, ਸੋ ਉਹਦੇ ਵਿੱਚ ਸੌਰੀ ਸ਼ਕਤੀਮਾਨ ਵਾਲਾ ਕੋਨਸੈਪਟ ਵੀ ਸ਼ੁਰੂ ਹੋ ਗਿਆ ਸੀ। ਸੋ ਇਹ ਤਾਂ ਸੀਗੀਆਂ ਤੁਹਾਡੀਆਂ ਯਾਦਾਂ, ਹੈ ਨਾ। ਅਗਰ ਅਸੀਂ ਹੁਣ ਫਿਲਮ ਦੀ ਗੱਲ ਕਰੀਏ, ਸੋ ਬਹੁਤ ਅਮੇਜ਼ਿੰਗ ਕੰਟੈਂਟ ਸੀਗਾ, ਅਤੇ ਮੈਂ ਇਹ ਦੇਖ ਰਿਹਾ ਕਿ ਕਾਫੀ ਸਮਾਂ ਜਿਹੜਾ ਵੇਟ ਵੀ ਕਰਨੀ ਪਈ ਹੈ। ਤਕਰੀਬਨ ਫਿਲਮ ਜਿਹੜੀ ਹੈ ਆਈ ਥਿੰਕ 2019 ਦੇ ਵਿੱਚ ਕੰਪਲੀਟ ਹੋ ਗਿਆ ਸੀ ਇਸਦਾ ਸਾਰਾ, ਅਤੇ ਬਟ ਕੋਵਿਡ ਕਰਕੇ ਹੁਣ ਬੜੀ ਜ਼ਿਆਦਾ ਵੇਟ ਕਰਨੀ ਪਈ। ਸੋ ਇਹ ਟਾਈਮ ਪੀਰੀਅਡ ਤੁਹਾਡੇ ਲਈ ਮਨੀ ਭਾਅ ਜੀ ਕਿਵੇਂ ਦਾ ਨਿਕਲਿਆ, ਕਿ ਕਿਉਂਕਿ ਇੱਕ ਬੰਦੇ ਨੇ ਤਿਆਰ ਕੀਤਾ ਹੁੰਦਾ ਕੋਨਸੈਪਟ ਪ੍ਰੋਜੈਕਟ, ਉਸ ਟਾਈਮ ਦੇ ਹਿਸਾਬ ਨਾਲ ਹੁੰਦਾ। ਸੋ ਹੁਣ ਇਸ ਸਮੇਂ ਦੇ ਵਿੱਚ
देखो इंतजार के पल हमेशा औखे ही होंगे है ना, जो किसी भी चीज़ का इंतजार करना हो तो औखा ही होंगे करना। सो यदा भी बहुत जोड़ा है शिद्दत नाल कीता ते बहुत औखे होके कीता, पर जो चीज़ पूरी हो जाती है तो फिर वो पिछला ऑटोमैटिकली भुल जाता, ह्यूमन टेंडेंसी आए। सो हूँ पिछला नहीं याद है भी किन्ने औखे हुए हैं, किमें बनाई या किमें इंतजार किया, किमें वेट किया। हूँ बस चा कि हाँ भी 1 जुलाई को आ रही है, जल्दी जल्दी लोग देखन ते फिर आदा प्यार देन, आदे रिव्यूज़ देन। जदों तुसी कहानी लिखते हो, क्योंकि कई ये बड़ा चैलेंज होंगे कि कुछ अलग कहानी होनी चाहिए है, हालांकि टैलीविजन सानू नाम तो ही कल कुछ अलग कहानी लग रही है, आप इदा की फिल्म नहीं देखी। सो एक बड़ा चैलेंज होंगे राइटर लिए, सो उस चैलेंज नू किवें एक्सैप्ट करके राइटिंग करते हो और फिल्म नू किवें वक्रा बनाने की कोशिश करते हो, टैलीविजन किवें वक्री होने वाली? चैलेंज तो नहीं ऐसा चाहता, जो तुम कोई काम करते हो जिदा थोड़ी जॉब है ना जी, मैनू यही बहुत अमेजिंग लग रहा कि तुम किन्ने वधिया क्वेश्चन पूछ रहे हो, इन्हें किन्ना कॉन्फिडेंसली तुम उस चीज़ को कर रहे हो, तो वो ठीक है जिहड़ा तुम काम करते हो थोड़े सुभा च आ जाता। तो चेंज जिहड़ा हैगा हर बारी मिथ के तो नहीं हुंदा कि मैं चेंज करना, वो जो तुम कहानी का एक मुड फ्रैश समझ के फड़दे हो कि यार मैं कितने देखा नहीं होया है ना, हुण मैं बहुत मूवीज़ बहुत देखदा, वो इस करके नहीं देखता कि उन्हें वर्गी बना सकता, वो इस करके देखता कि उन्हें वर्गी ना बन जाए कि अच्छा, कोई भी फिल्म है ना, कि अगर कोई आइडिया आया या फिल्म स्टार्ट करन लगे दिमाग च कोई सीन आ गया तो फिर पता लग जाता कि यार इदा का सीन वो फिल्म च है, नहीं ये नहीं करना, कुछ डिफरेंट करते हैं, कुछ नवा करते हैं। सो वो चैलेंज नहीं, वो प्रोसैस है एंड इंजॉयएबल प्रोसैस है, बहुत मजे वाला प्रोसैस है। बट मैं कहना कि जिहड़ा बंदा एक ऑनेस्टी दे नाल अपने काम नू करदा है वो हमेशा उस काम नू शाइन करवा दिंदा है। और जिथे तक मैनू पता लग्या है मनी भाजी जिहड़े ने वो डायरेक्शन भी स्टार्ट कर चुके ने, फिल्म इन्हां दी फर्स्ट डायरेक्शन दे विच भी शूट हो चुकी है। सो थोड़ा बहुत उहदे बारे भी गल करांगे क्योंकि वैसे तो टैलीविजन की प्रमोशन के उत्ते आए हैं। सो बट भी गल जरूर पूछांगा कि भाजी वो करियर हुण तुसीं स्टार्ट कीता, क्योंकि तुहाडी गल्लां तो झलक ही रहा है कि तुसीं सिर्फ एक राइटर की तरह नहीं सगो एक डायरैक्टर की तरह भी देख रहे हो है ना, और तुसीं डायरेक्शन शुरू भी कर लिए। कॉन्ग्रेचुलेशन फर्स्ट ऑफ ऑल उस दे लई एक नवें स्टार्ट दे लई। सो किवें दी जर्नी रही, वह किवें दा स्विच रहा राइटर टू डायरैक्टर? वो बहुत टाइम तो जिहड़ा मैनू खुद नूं लग रहा सी कि वह चीज़ करनी चाहिए है, बट चीज़ा इन्नी जल्दी हैपन नहीं, इन्नी ईजीली हैपन नहीं होंदिया। सो उहदे लई भी अलग तरह की स्ट्रगल करनी पई, बट उही जिवें आपां तुसीं गल कीती कि जदों कोई बंदा अपने काम नूं प्यार करदा ना, शिद्दत नाल वह काम करदा, ऑनेस्टी दे नाल वह काम करदा, फिर ये मुश्किलां ये स्ट्रगल ये सारा कुछ इन्ना डिस्टर्ब नहीं करता, हुंदा तो हैगा ये, क्यों इसे दा ही मज़ा, सफ़र दा ही मज़ा है ना, मंजिल ते पहुँच के तो फिर आए हो जाना कि हुण की। सो चैलेंजेस दा ही मज़ा, संघर्ष दा ही मज़ा जिहड़ा हैगा वह चली जांदा, पर उहनू बंदा इंजॉय बहुत करता एंड मैं बहुत ज़्यादा इंजॉय करता जदों जिन्ना भी हुण तक जर्नी रही आ, हजे तो चलो एक हिसाब की स्टार्टिंग ही है, जर्नी कह ही नहीं सकते आपां, पर जिन्नी भी अगे होगी वो जिन्ने चैलेंजेस होणगे सारे सिर मत्थे आ, कोई इशू नहीं हैगा, खुशी नाल सारे। सो एज़ अ ह्यूमन समाज नू किस नज़रिए दे नाल देखदे हो, तुहाडा पॉइंट ऑफ व्यू की है, साडा पंजाब कित्थे स्टैंड कर रहा है, जां फिर किहड़े ऐसे बदलाव ने जिहड़े करन दी लोड़ है? ये मैं तुहाडे तों तां करके गल पूछ रहा, ये फिल्म नाल रिलेटिड नहीं है बट साडी कम्यूनिटी साडे पंजाब नाल जिथों असीं बिलोंग करदे उहदे नाल रिलेटिड है, क्योंकि तुसीं एक राइटर हो और जिहड़े राइटर हुंदे ने रूह दे नाल और दिमाग दे नाल दोनों इकट्ठा सोचदे हैं है ना। सो इसलिए मैं तुहाडे तों यह एडवाइस जरूर लेना चाहांगा और यूथ लई स्पैशली, क्योंकि असीं ये देख रहे हैं कि आए दिन सानूं ये खबरां भी सुनने नूं मिलदियां ने इदां दियां कि कितें किसी की डैथ हो गई किसी की और वजह हैगी है नशा। सो फिल्मां जिहड़ियां ने या फिल्म इंडस्ट्री एक शीशा दिखाती है समाज नूं और चंगे राह भी पाती है। सो इसलिए मैं तुहाडे तों इस दे उत्ते कुछ राय लेनी चाहांगा तुहाडी। देखो अगर आपां समाज की गल करिए है ना, तो समाज का अपना एक वैन हुंदा जी, ਤੁਸੀਂ ਉਹਨੂੰ ਚੇਂਜ ਨਹੀਂ ਕਰਦੇ ਉਹ ਤੁਹਾਨੂੰ ਬਦਲਦਾ, ਅਤੇ ਕੋਸ਼ਿਸ਼ ਸਮਾਜ ਦੀ ਵੀ ਹੁੰਦੀ ਤੁਹਾਨੂੰ ਚੇਂਜ ਕਰਨ ਦੀ, ਤੁਹਾਡੀ ਵੀ ਹੁੰਦੀ ਆ ਹੈ ਨਾ, ਪਰ ਮੈਜੋਰਟੀ ਦੀ ਜ਼ਿਆਦਾ ਕੋਸ਼ਿਸ਼ ਸਫਲ ਹੁੰਦੀ ਆ ਕਿ ਤੁਹਾਨੂੰ ਉਹ ਸਮਾਜ ਬਦਲ ਦਿੰਦਾ ਆਪਦੇ ਹਿਸਾਬ ਨਾਲ, ਅਤੇ ਆਪਣੇ ਵੈਸੇ ਵੀ ਕਹਿੰਦੇ ਜੈਸਾ ਦੇਸ਼ ਵੈਸਾ ਭੇਸ, ਪਰ ਇਹ ਆ ਕਿ ਅਗਰ ਤੁਹਾਨੂੰ ਲੱਗਦਾ ਕਿ ਸਮਾਜ ਦੇ ਵਿੱਚ ਕੁਛ ਬਦਲਾਵ ਹੋਣ ਵਾਲੇ ਆ ਜਾਂ ਹੋਣੇ ਚਾਹੀਦੇ ਆ, ਤਾਂ ਉਹ ਸਫਾਈ ਆਪਦੇ ਘਰ ਤੋਂ ਹੀ ਸ਼ੁਰੂ ਹੁੰਦੀ ਆ, ਉਹ ਪਹਿਲਾਂ ਆਪਦੇ ਵਿੱਚ ਕਰੋ, ਫਿਰ ਤੁਸੀਂ ਸਮਾਜ ਦੇ ਵਿੱਚ ਆਟੋਮੈਟਿਕਲੀ ਜਿਸ ਜ਼ੋਨ 'ਚ ਆਪਾਂ ਜਿਉਣ ਲੱਗ ਜਾਂਦੇ ਜਾਂ ਆਪਾਂ ਸੋਚ ਬਣਾ ਲੈਂਦੇ, ਫਿਰ ਉਹ ਜ਼ੋਨ ਆਪਣੇ ਆਪ ਹੀ ਆਸੇ ਪਾਸੇ ਜਿਹੜਾ ਹੈਗਾ ਉਹ ਕ੍ਰੀਏਟ ਹੋਣ ਲੱਗ ਜਾਂਦਾ। ਜਿਹੜੀ ਗੱਲ ਯੂਥ ਦੀ ਆ ਕਿ ਉਹ ਨਸ਼ੇ 'ਤੇ ਜਾ ਰਹੇ ਆ ਜਾਂ ਉਸ ਚੀਜ਼ ਦਾ ਨਾ, ਦੇਖੋ ਸਾਰੇ ਕਹਿ ਰਹੇ ਆ ਅਨਇੰਪਲਾਇਮੈਂਟ ਬਹੁਤ ਵੱਡਾ ਰੀਜ਼ਨ ਆ, ਪਰ ਮੈਨੂੰ ਜੋ ਲੱਗਦਾ ਚਾਹੇ ਉਹ ਯੂਥ ਨਸ਼ੇ 'ਤੇ ਜਾ ਰਿਹਾ, ਚਾਹੇ ਉਹ ਭੜਕਾਊ ਗਾਣੇ ਸੁਣ ਰਿਹਾ ਜਾਂ
गलत काम कर रहा जिस भी फॉर्म से कर रहा जिस भी फेस कर रहा वो सिर्फ एक गाइडेंस की कमी है होर कुछ नहीं है। अगर अनइंप्लॉयमेंट ठीक है तो उन्होंने सरकार नौकरी नहीं दे रही तो हर बंदा यूनीक है, रब किसी भी खाली हथ नहीं भेजता धरती से, हर किसी कोई ना कोई टैलेंट दे के भेजता। मेरे अर्गे पता लग गया होर किसी नहीं पता लग्या या उन्होंने कोई दसन वाला है नहीं सी या उन्होंने एहसास या उस पहचानने वाला उ गाइडेंस वाली गल है। अगर तुम्हें नहीं जॉब मिल रही या तुसी नहीं तुसी कुछ अपना बिजनेस कर लो, जीरो इन्वेस्टमेंट वाले बिजनेस भी होंगे आ कुछ कुछ किसी चीज़ में शौक बना लो उस तरफ न शुरू हो जाओ। जरूरी नहीं कि आ नहीं मिले तो दिन पुठे पासे नहीं तुर जाना, रौला उही है कि अपने समाज तैयार ही उदा करता बच्चों है ना कि पहले कह लो कि साड़ी शायद पेरेंटिंग जी है उन्नी स्ट्रोंग नहीं है या परवरिश उन्नी स्ट्रोंग नहीं है जिन्नी स्ट्रोंगली समा बदल गया। हाँ वो भी नहीं है हम वह भी रीजन की है कि अपने पेरेंट्स की पेरेंटिंग भी उन्नी स्ट्रोंग नहीं सी। उही गल कि समाज का अपना एक वहन है वो सारे वो जोड़ा है आपके नाल लैके चलता, पर जिन्ना हो सके हर बंदे इनकरेज करो उन्होंने वो देखो कि जिनी हो सके किसी की हैल्प करो, हाथ फड़ो उन्होंने पुश दो, उन्होंने कुछ करने जोड़ा है मोटीवेट करो। उ चीज़ है वो की है कि सारिया चीज़ों की मुड़ के हल हो जाऊगा। जो बंदा एक हमने जोड़ा पंजाबी यूथ है वो एक योजा तीर है जोड़ा बहुत स्पीड से जा रहा बट उन्होंने ये नहीं पता कि वजना कितने है ना। सो उन्होंने अगर उस तीर रोकण की बजाय या उस तीर यह कह की बजाय तू स्लो हो जा तू इधर मुड़ जा तू उधर मुड़ जा उन्होंने ये दसो कि तू वजना कितने है तो उत्थे वज के ये ना दसो कि तेन इन्ने पैसे मिलने, उन्होंने ये दसो कि तू इन्ना ग्रो करेगा तू समाज में आह चीज़ दे के जाएगा तू अपना थॉट दे के जाएगा उस थॉट के नाल किन्ने लोग किन्निया टाइम तक अपने काम करनगे। तू उन्हूं मोटीवेट करो कि तू कुछ इनवेंट कर तू कुछ खोज कर, अगर तेन अज कोई चीज़ नहीं मिल रही उन्होंने ईजी कर दे तू उस चीज़ को बना दे। सो इदा दिया चीज़ा अगर हो गाइडेंस हो अगर ते ओ फिर बहुत ज़्यादा हेल्प करे। मैं तुहाड़ियां गल्लां तो जो समझिया तुहाडे कहन दा भाव है कि इंसान नूं पहले तो इंसान बनना जरूरी है और उस तो बाद अपनी जिंदगी का मकसद लभना बहुत जरूरी है कि आखिरकार तुहानूं अगर रब ने भेजे इस धरती के उत्ते तो तुहाडा खुद मकसद हो सकता है। और देखो अज तुसीं राइटर के तौर के उत्ते अपनी एक पहचान बनाई हूँ डायरैक्टर के तौर के उत्ते अपना सफ़र शुरू किया, सो फिल्मों के नाल सही पर तुसीं समाज नूं बहुत जिहड़ा मैसेज देने की भी कोशिश करोगे ये जरिए और अगर मैं कहना एक दो बंदा भी उस भी फर्क पैंदा तो मेहनत सफल हो जाएगी। सो जिंदगी दे स्ट्रगल बारे भी तुहाडे तो ये लास्ट मेरा क्वेश्चन है तुहाडे तो कि जिंदगी दे स्ट्रगल नूं तुसीं अपनी लाइफ च किवें देखिया रब जिवें कि असी देख रहे हैं तुहाडी ग्रोथ देख रहे हैं ये और रब करे इस तरीके नाल तुसीं अगे भी तरक्की करो, पर मनी भाजी स्ट्रगल दे लई की तुहाडा थॉट हैगा कि स्ट्रगल नूं तुसीं किवें लैंदे हो अपनी लाइफ दे विच या किद्दां दा तुहाडा रिहा? मैनू ए हुंदा जी जो मैनू मिलिया वह मेरा है ना कि अगर मैनू स्ट्रगल दिता रब ने तो मेरा तो फिर अगर मैं आदि चीज़ नू ही नफरत करूँगा या मैं उन्होंने कहूँगा कि नहीं ये नहीं होना चाहिए वह नहीं होना चाहिए तो फिर वह चीज़ होर ज़्यादा तंग करूगी। उन्होंने खिड़े मत्थे लो जिदा अपने भाणा मनण वाली गल करते हैं तो स्ट्रगल तो थोनों बहुत कुछ दिता है भी इन्ना शायद सक्सैस भी नहीं दिंदी जो थोड़ा स्ट्रगल दिता इन्ने बंद जान पहचान होंगी है इन फिर तुसी उन्हां दे रियल फेस देखते हैं फिर थोनों रियलिटी चैक मिलते हैं है ना ऑब्जरवेशन स्ट्रोंग होंगी फिर थोड़े रिजैक्शन होंगे थोनों पता लगता कि मैनू कोई रिजैक्ट भी कर सकता जो कई बार कोई चीज़ होंगी कि थोनों लगता हाँ कि भी ये तो कमाल ही आ पर जो नैक्सट डेज पर किसी के सामने जाती है तो अगला कहता कि नहीं ये मिट्टी आ है ना फिर उस चीज़ में जो थोनों सोना लग रहा है वो एक सैकंड मिट्टी हो गया उस मिट्टी नूं समेटना स्ट्रगल है उस मिट्टी तो मूँह मोड़ना स्ट्रगल नहीं हैगी मिट्टी नूं समेटो उन्हूं आदि दोबारा उन्हूं करो फिर उन्हूं कोशिश करो भी ये दोबारा सोना किवें बन सकती है फिर उस होर चीज़ा पाओ जे अगर उन्हूं सोच लिया तो वह सोना बनूगी बनूगी। क्या बात जी और बहुत वधिया लगे मनी भाजी तुहाडे नाल गल करके और मैनू खुशी है कि साढ़े पंजाबी सिनेमा दे विच जिहड़े राइटर्स ने वो इन्ना डीप थॉट्स रखते हैं और उही चीज़ां नूं फिल्मां च लिखते हैं ताकि साढ़े समाज में भी एक बेहतर झलक जिहड़ी है देखण नूं मिले फिल्मों के जरिए भी उन्होंने एक मार्गदर्शन मिले। सो बहुत बहुत धन्यवाद। वैसे जिहड़ी साड़ी बहुत ज़्यादा सीरीयस टॉक भी हो गई बट जिहड़ा इन्ना सीरीयस तुसीं फिल्म च नहीं होने वाले फिल्म च पूरा फन होने वाला है पर भाजी तो मैं ये चीज़ां जरूर पुछनियां सीगियां क्योंकि साढ़े पंजाब के जिहड़े आर्टिस्ट ने वो हमेशा अपने दिल के विचों साइड रखते हैं कि साढ़े पंजाब नूं असीं एक रंगला पंजाब बना सकीए। सो इसलिए ये गल्लां जिहड़ियां पुछियां गईयां सो डेफिनेटली भाजी फुल डोज है फन दी है ना पूरा पैकेज है जी कॉमेडी है एंड ये लव स्टोरी है
हर तरह का इमोशन है कि कमला बंदा भी फिल्म च हैगा, एक बहुत सियाणा बंदा भी अच्छा। फिल्म च हैगा, छोटी उम्र का भी हैगा, बजुर्ग भी हैगा। सो मास दे लई फिल्म है कि तुसी किसी नूं भी कदों भी दिखाओ, अगला बंदा कहूगा कि हाँ ठीक है, ये नहीं कहूगा कि मैं दो घंटे कुछ होर कर लेंदा, वर्थ है दो घंटे देखना। बाकी 1 जुलाई नूं आ रही है, जिदा कहें संगत का समान संगत के सामने चला जाना, फिर उन्होंने दसना भी है की आ साडे लई तां बहुत बहुत ज़्यादा चंगी ते बहुत बहुत उम्मीदा ने इहदे तों। ते उम्मीदा इदा ही नहीं है कि बिना किसी काम मतलब तो लाइया ने, मेहनत भी सब ने बहुत की है, चाहे वह डायरेक्शन डिपार्टमेंट आ, चाहे चलो राइटिंग डिपार्टमेंट आ, एक्टिंग डिपार्टमेंट आ, प्रोड्यूसर्स ने सागा स्टूडियोज, समीत भाजी, पुष्पिंदर कौर जी, हर बंदे ने बहुत मेहनत की है। एंड क्योंकि ये चीज़ हर बंदे ना रिलेट करती है, सो हर बंदे नूं आए सीगा चले वधिया तरीके नाल अगे जावे। तो हुण बाबे दी मेहर नाल चलो 1 जुलाई नूं देखो। टीवी सौखे इकट्ठे हो गए सीगे, लब्भे कित्थों सीगे? ये आर्ट डिपार्टमेंट जिहड़ा हैगा मुंडा सीगा ते उहने उह लभ के लैके आया, पर ये चीज़ां लभियां वाकई औखियां होर, कल्ले टीवी नहीं होर बहुत समान सीगा जिहड़ा डिटेलिंग ते काफ़ी काम है फिल्म। हाँ जी हाँ जी, डिटेलिंग ते उदां दे कॉस्ट्यूम्स, उदां दे प्रॉप्स जिहड़े, चाहे वह व्हीकल्स आ, चाहे भांडे आ, चाहे मंजे आ, वह सारा कुछ उदां दा ही लभ्या गया। फिर ही फायदा बनाउण दा। आपां बड़े एक्साइटेड हो गए, हुण 1 जुलाई की वेट हैगी है कि जदों आपां सारा कुछ देखांगे। सो थैंक यू सो मच भाजी, विश यू ऑल द बेस्ट। थैंक यू जी, थैंक यू बहुत, थैंक यू। सो ये सीगे जी मनी मनजिंदर जी, जो ते फिल्म जिहड़ी है 1 तरीक नूं आ रही है, इंजॉय तुसी जरूर करनी है। हालांकि हुण गाने गुणे सारा कुछ देखो लाइन वाइज लाइन आना, प्रीमियर दे भी लैके चलांगे, होर भी आर्टिस्टां नूं मिलावांगे। सो एक्साइटमेंट फुल रहन वाली है 1 जुलाई, डेट नोट रखो हुण तो ही, ते अपना ये डेट पहले ही फ्री करके रखो ताकि तुसी सिनेमाघर अज जाओ ते फिल्म इंजॉय करके आओ टैलीविजन। थैंक यू सो मच, देखते रहो हमदर्द टीवी, मैनूं दिओ इजाजत, सत श्री अकाल।